ਕੀ ਤੁਸੀਂ ਜਾਣਦੇ ਹੋ ਇੰਡੀਆ ਦਾ ਸਭ ਤੋਂ ਪਹਿਲਾਂ ਆਜ਼ਾਦ ਹੋਣ ਵਾਲਾ ਸ਼ਹਿਰ ਕਿਹੜਾ ਸੀ? ਮਗਰਮੱਛ ਕਿੰਨੀ ਲੰਬੀ ਛਾਲ ਮਾਰ ਸਕਦੇ ਨੇ? ਕਿਸ ਤਰ੍ਹਾਂ ਬੈਲਜੀਅਮ ਦੇ ਵਿੱਚ ਇੱਕ ਆਦਮੀ ਨੇ ਚਾਕਲੇਟ ਦੇ ਨਾਲ ਇੱਕ ਬੈਂਕ ਲੁੱਟ ਲਈ? ਕੇਰਲਾ ਦੇ ਵਿੱਚ ਖੂਨ ਦੀ ਬਾਰਿਸ਼ ਕਿਉਂ ਅਤੇ ਕਦੋਂ ਹੋਈ ਸੀ? ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਕ੍ਰੋਕੋਡਾਈਲ ਆਪਣੇ ਸਾਰੇ ਸਰੀਰ ਨੂੰ ਪਾਣੀ ਤੋਂ ਬਾਹਰ ਲਿਆ ਸਕਦਾ ਹੈ, ਜਾਂ ਕਹੀਏ ਕਿ ਉਹ ਇੰਨੀ ਉੱਚੀ ਛਾਲ ਮਾਰ ਸਕਦਾ ਹੈ। ਕ੍ਰੋਕੋਡਾਈਲ ਪਾਣੀ ਦੇ ਅੰਦਰ ਆਪਣੀ ਪੂਛ ਦੇ ਸਹਾਰੇ ਪ੍ਰੈਸ਼ਰ ਬਣਾਉਂਦਾ ਹੈ ਤੇ ਫਿਰ ਉਹ ਪ੍ਰੈਸ਼ਰ ਦੇ ਨਾਲ ਪਾਣੀ ਦੇ ਬਾਹਰ ਆ ਜਾਂਦਾ ਹੈ। ਇਹ ਤਕਨੀਕ ਉਸ ਦੇ ਸ਼ਿਕਾਰ ਕਰਨ ਦੇ ਵਿੱਚ ਬਹੁਤ ਕੰਮ ਆਉਂਦੀ ਹੈ। 2006 ਦੇ ਵਿੱਚ ਬੈਲਜੀਅਮ ਦੇ ਵਿੱਚ ਇੱਕ ਆਦਮੀ ਸੀ ਜਿਸਨੇ ਬੈਲਜੀਅਮ ਦੀ ਬੈਂਕ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦਾ ਪਹਿਲਾਂ ਭਰੋਸਾ ਜਿੱਤ ਲਿਆ, ਕਿਉਂਕਿ ਉਹ ਆਦਮੀ ਹਰ ਰੋਜ਼ ਬੈਂਕ ਦੇ ਮੁਲਾਜ਼ਮਾਂ ਨੂੰ ਇੱਕ ਇੱਕ ਚਾਕਲੇਟ ਦਿੰਦਾ ਸੀ। ਇਸ ਤਰ੍ਹਾਂ ਇਸ ਆਦਮੀ ਨੇ ਸਾਰੇ ਬੈਂਕ ਦੇ ਮੁਲਾਜ਼ਮਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਗੱਲਾਂ-ਗੱਲਾਂ ਦੇ ਵਿੱਚ ਦੀ ਉਸ ਬੈਂਕ ਦੀ ਤਿਜੋਰੀ ਦਾ VIP ਐਕਸੈਸ ਕੋਡ ਜਾਣ ਲਿਆ ਤੇ ਇਸ ਤੋਂ 1 ਸਾਲ ਬਾਅਦ 2007 ਦੇ ਵਿੱਚ ਇਹ ਆਦਮੀ ਉਸ ਬੈਂਕ ਦੇ ਵਿੱਚੋਂ 200 ਕਰੋੜ ਦੇ ਹੀਰੇ ਲੈ ਕੇ ਭੱਜ ਗਿਆ। ਤੁਸੀਂ ਇੱਥੇ ਕਹਿ ਸਕਦੇ ਹੋ ਕਿ ਇਸ ਬੈਂਕ ਨੂੰ ਚਾਕਲੇਟ ਨੇ 200 ਕਰੋੜ ਦਾ ਨੁਕਸਾਨ ਕਰਵਾ ਦਿੱਤਾ, ਕਿਉਂਕਿ ਇਹ ਚੋਰ ਅੱਜ ਤੱਕ ਨਹੀਂ ਮਿਲਿਆ ਤੇ ਖੋਜਬੀਨ ਕਰਨ ਤੇ ਪਤਾ ਲੱਗਿਆ ਕਿ ਜਿਹੜੀ ਚਾਕਲੇਟ ਇਹ ਬੈਂਕ ਵਾਲਿਆਂ ਨੂੰ ਲਿਆ ਕੇ ਦਿੰਦਾ ਸੀ ਉਹ ਵੀ ਸਾਰੀਆਂ ਚੋਰੀ ਦੀਆਂ ਸਨ। ਨਾਰਮਲੀ ਜਿੰਨੇ ਵੀ ਸਵੀਮਿੰਗ ਪੂਲ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਬਲੂ ਯਾਨੀ ਕਿ ਨੀਲਾ ਪੇਂਟ ਕੀਤਾ ਜਾਂਦਾ ਹੈ ਤਾਂ ਕਿ ਪਾਣੀ ਵੀ ਉਸ ਪੂਲ ਦੇ ਵਿੱਚ ਬਲੂ ਕਲਰ ਦਾ ਦਿਸੇ। ਪਰ ਫਲੋਰੀਡਾ ਦੇ ਵਿੱਚ ਰਹਿਣ ਵਾਲੇ ਇੱਕ ਆਦਮੀ ਨੇ ਸੋਚਿਆ ਕਿ ਕਿਉਂ ਨਾ ਉਹ ਆਪਣੇ ਪੂਲ ਨੂੰ ਰੈੱਡ ਕਲਰ ਯਾਨੀ ਕਿ ਲਾਲ ਰੰਗ ਦਾ ਪੇਂਟ ਕਰਵਾਵੇ। ਤੇ ਹੁਣ ਤੁਸੀਂ ਇਸ ਦਾ ਇਹ ਪੂਲ ਦੇਖੋ ਕਿਹੋ ਜਿਹਾ ਲੱਗ ਰਿਹਾ ਹੈ। ਦੇਖਣ ਨੂੰ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਪੂਲ ਦੇ ਅੰਦਰ ਖੂਨ ਭਰਿਆ ਹੈ। ਕੈਨੇਡਾ ਦੇ ਵਿੱਚ ਇਹ ਗੈਰ ਕਾਨੂੰਨੀ ਹੈ ਕਿ ਜੇਕਰ ਤੁਸੀਂ ਕੋਈ ਚੀਜ਼ ਖਰੀਦਣ ਵੇਲੇ ਦੁਕਾਨਦਾਰ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਿੱਕੇ ਦੇ ਦਿਓ, ਕੈਨੇਡਾ ਦੇ ਵਿੱਚ ਸਿੱਕੇ ਤੁਸੀਂ ਦੁਕਾਨਦਾਰ ਨੂੰ ਛੋਟੀ ਮੋਟੀ ਪੇਮੈਂਟ ਲਈ ਤਾਂ ਦੇ ਸਕਦੇ ਹੋ, ਪਰ ਜੇਕਰ ਤੁਸੀਂ ਕੁਆਇਨ ਦੇ ਨਾਲ ਕਿਸੇ ਨੂੰ ਜ਼ਿਆਦਾ ਪੇਮੈਂਟ ਕਰੋਗੇ ਜਿਵੇਂ 100 ਤੋਂ $200 ਤਾਂ ਤੁਹਾਨੂੰ ਫਾਈਨ ਲੱਗ ਸਕਦਾ ਹੈ। ਪਰ ਜੇਕਰ ਤੁਹਾਡੀ 5 ਤੋਂ 6 ਵਾਰ ਕੁਆਇਨ ਦੇ ਨਾਲ ਪੇਮੈਂਟ ਕਰਨ ਦੀ ਸ਼ਿਕਾਇਤ ਆ ਜਾਂਦੀ ਹੈ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ। ਲੈਪਰਡ ਸ਼ਾਰਕ ਇੱਕ ਅਜਿਹੀ ਸ਼ਾਰਕ ਹੈ ਜਿਸ ਨੂੰ ਸਭ ਤੋਂ ਜ਼ਿਆਦਾ ਫ੍ਰੈਂਡਲੀ ਸ਼ਾਰਕ ਮੰਨਿਆ ਜਾਂਦਾ ਹੈ। ਇਹ ਆਪਣੇ ਸ਼ਿਕਾਰ ਨੂੰ ਛੱਡ ਕੇ ਹੋਰ ਕਿਸੇ ਤੇ ਵੀ ਇੱਥੋਂ ਤੱਕ ਕਿ ਇਨਸਾਨ ਦੇ ਉੱਪਰ ਵੀ ਹਮਲਾ ਨਹੀਂ ਕਰਦੀ। ਤੁਸੀਂ ਇਸ ਸ਼ਾਰਕ ਦੀ ਸਮਾਈਲ ਨੂੰ ਦੇਖ ਹੀ ਸਕਦੇ ਹੋ, ਇਹ ਕਿੰਨੀ ਪਿਆਰੀ ਹੈ। ਇਹ ਸ਼ਾਰਕ ਇਨਸਾਨਾਂ ਵੱਲ ਬਹੁਤ ਜ਼ਿਆਦਾ ਆਕਰਸ਼ਕ ਹੁੰਦੀ ਹੈ ਤੇ ਇਨਸਾਨਾਂ ਦੇ ਨਾਲ ਖੇਡਣਾ ਪਸੰਦ ਕਰਦੀ ਹੈ। ਤਕਰੀਬਨ 4 ਮਹੀਨੇ ਪਹਿਲਾਂ ਮੈਸੀ ਨੇ ਆਪਣੀ ਪੁਰਾਣੀ ਟੀਮ ਨੂੰ ਛੱਡ ਦਿੱਤਾ ਸੀ ਤੇ ਉਹ ਫੇਅਰਵੈਲ ਪਾਰਟੀ ਤੇ ਬਹੁਤ ਜ਼ਿਆਦਾ ਰੋਏ ਸਨ, ਕਿਉਂਕਿ ਮੈਸੀ ਪਿਛਲੇ ਕਈ ਸਾਲਾਂ ਤੋਂ ਇਸ ਟੀਮ ਦੇ ਲਈ ਖੇਡ ਰਹੇ ਸੀ ਤੇ ਰੋਂਦੇ ਸਮੇਂ ਮੈਸੀ ਨੇ ਜਿਹੜੇ ਟਿਸ਼ੂ ਪੇਪਰ ਦੇ ਨਾਲ ਆਪਣੇ ਹੰਝੂ ਪੂੰਝੇ ਸਨ ਬਾਅਦ ਦੇ ਵਿੱਚ ਉਸ ਦੀ ਨਿਲਾਮੀ ਕਰ ਦਿੱਤੀ ਗਈ। ਤੁਸੀਂ ਯਕੀਨ ਨਹੀਂ ਕਰੋਗੇ, ਇਹ ਟਿਸ਼ੂ ਪੇਪਰ $2 ਮਿਲੀਅਨ ਦੇ ਵਿੱਚ ਵਿਕ ਗਿਆ। ਸਿਰਫ 1 ਰੁਪਏ ਦਾ ਟਿਸ਼ੂ ਜਿਸ ਦੇ ਉੱਪਰ ਮੈਸੀ ਦੇ ਹੰਝੂ ਸਨ ਉਸ ਦੇ ਫੈਨ ਦੇ ਲਈ ਇਹ ਬਹੁਤ ਕੀਮਤੀ ਸੀ। US ਆਰਮੀ ਦੇ ਜਿਹੜੇ ਹੈੱਡ ਆਫੀਸਰ ਹੁੰਦੇ ਨੇ ਉਹ ਆਪਣੀ ਚਾਹ ਇੱਕ ਸਪੈਸ਼ਲ ਤਰ੍ਹਾਂ ਦੇ ਕੱਪ ਵਿੱਚ ਪੀਂਦੇ ਨੇ। ਇਸ ਕੱਪ ਦੇ ਵਿੱਚ ਕੁਝ ਸਪੈਸ਼ਲ ਫੀਚਰ ਨੇ, ਉਹਨਾਂ ਦੇ ਵਿੱਚੋਂ ਇੱਕ ਤਾਂ ਇਹ ਹੈ ਕਿ ਇਹ ਚਾਹ ਨੂੰ ਆਪਣੇ ਆਪ ਗਰਮ ਕਰ ਦਿੰਦਾ ਹੈ ਚਾਹੇ ਉਹ ਕਿੰਨੀ ਵੀ ਠੰਡੀ ਕਿਉਂ ਨਾ ਹੋਵੇ। ਇਹ ਤਾਂ ਇੱਕ ਇਸ ਦਾ ਨਾਰਮਲ ਫੰਕਸ਼ਨ ਹੈ, ਪਰ ਇਸ ਦਾ ਜੋ ਮੇਨ ਕੰਮ ਹੈ ਉਹ ਇਹ ਹੈ ਕਿ ਇਹ ਕੱਪ ਫਿੰਗਰਪ੍ਰਿੰਟ ਲੈਸ ਹੈ, ਯਾਨੀ ਕਿ ਇਸ ਕੱਪ ਦੇ ਵਿੱਚ ਚਾਹ ਪੀਣ ਵਾਲੇ ਫੌਜ ਦੇ ਆਫੀਸਰ ਦੇ ਉਂਗਲੀਆਂ ਦੇ ਨਿਸ਼ਾਨ ਇਸ ਕੱਪ ਦੇ ਉੱਪਰ ਨਹੀਂ ਛਪਦੇ, ਚਾਹੇ ਫਿਰ ਉਹ ਇਸ ਕੱਪ ਨੂੰ ਕਿੰਨੇ ਵੀ ਜ਼ੋਰ ਦੇ ਨਾਲ ਜਾਂ ਕਿੰਨਾ ਹੀ ਚਿਰ ਕਿਉਂ ਨਾ ਫੜੀ ਰੱਖੇ। ਆਈਵਾਨ ਦੇ ਵਿੱਚ ਰਹਿਣ ਵਾਲੇ ਵੈਨ ਹਸੂ ਨੇ ਗਲਤੀ ਦੇ ਨਾਲ ਜੋ ਉਹਨਾਂ ਦੇ ਕੋਲ ਐਪਲ ਦੇ ਆਈਪੋਡ ਸਨ ਉਹਨਾਂ ਦੇ ਵਿੱਚੋਂ ਇੱਕ ਪੋਡ ਨੂੰ ਆਪਣੇ ਅੰਦਰ ਨਿਗਲ ਲਿਆ। ਉਸ ਦੇ ਅੰਦਰ ਨਿਗਲਣ ਦੇ 9 ਘੰਟੇ ਬਾਅਦ ਤੇ ਉਸ ਦੇ ਡਾਈਜੈਸਟ ਸਿਸਟਮ ਦੇ ਵਿੱਚ ਦੀ ਨਿਕਲ ਤੋਂ ਬਾਅਦ ਵੀ ਇਹ ਆਈਪੋਡ ਚੰਗੀ ਤਰ੍ਹਾਂ ਨਾਲ ਕੰਮ ਕਰ ਰਿਹਾ ਸੀ। ਇਹ ਹੈ ਇਸ ਦੇ ਪੇਟ ਦੇ ਅੰਦਰ ਪਏ ਆਈਪੋਡ ਦਾ ਐਕਸ-ਰੇ। ਸਾਲ 2014 ਦੇ ਵਿੱਚ ਨਿਊਯਾਰਕ ਦੇ ਇੱਕ ਆਦਮੀ ਨੇ ਅਮਰੀਕਾ ਦੀ ਸਭ ਤੋਂ ਭੈੜੀ ਜੇਲ੍ਹ ਦੇ ਵਿੱਚ 5 ਮਹੀਨੇ ਬਿਤਾਏ, ਉਹ ਵੀ ਬਹੁਤ ਛੋਟੇ ਜਿਹੇ ਜੁਰਮ ਲਈ। ਉਹ ਆਪਣੀ ਜ਼ਮਾਨਤ ਸਿਰਫ $2 ਦੇ ਵਿੱਚ ਕਰਵਾ ਸਕਦਾ ਸੀ, ਪਰ ਉਸ ਨੂੰ ਇਸ ਦੇ ਬਾਰੇ ਪਤਾ ਹੀ ਨਹੀਂ ਸੀ। ਨਾਸਾ ਨੇ ਹੁਣੇ ਹੁਣੇ ਇੱਕ ਨਵੀਂ ਜੌਬ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ ਪਲੈਨਟਰੀ ਪ੍ਰੋਟੈਕਸ਼ਨ ਆਫੀਸਰ। ਇਹਨਾਂ ਦਾ ਕੰਮ ਹੋਵੇਗਾ ਧਰਤੀ ਨੂੰ ਕਿਸੇ ਵੀ ਏਲੀਅਨ ਹਮਲੇ ਤੋਂ ਬਚਾਉਣਾ ਤੇ ਧਰਤੀ ਦੀ ਬਾਹਰੀ ਜੀਵਾਂ ਜਾਂ ਕਹੀਏ ਏਲੀਅਨ ਤੋਂ ਰੱਖਿਆ ਕਰਨੀ। ਨਾਸਾ ਦਾ ਮੰਨਣਾ ਹੈ ਭਾਵੇਂ ਹੁਣ ਕਈ ਲੋਕਾਂ ਨੂੰ ਇਹ ਜੌਬ ਬੇਕਾਰ ਲੱਗਦੀ ਹੋਵੇਗੀ, ਪਰ ਇੱਕ ਦਿਨ ਜ਼ਰੂਰ ਅਜਿਹਾ ਹੋਵੇਗਾ ਜਦੋਂ ਇਹ ਜੌਬ ਵਾਲਿਆਂ ਦੀ ਧਰਤੀ ਨੂੰ ਲੋੜ ਪਵੇਗੀ। ਇਸ ਲਈ ਅਸੀਂ ਇਸ ਜੌਬ ਨੂੰ ਹੁਣੇ ਤੋਂ ਹੀ ਸ਼ੁਰੂ ਕਰ ਰਹੇ ਹਾਂ। ਜੇਕਰ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਮੈਥ ਜਾਂ ਸਾਇੰਸ ਦੇ ਵਿੱਚ ਚੰਗੀ ਡਿਗਰੀ, ਵਧੀਆ ਕਾਲਜ ਤੋਂ ਚੰਗੀ ਪਰਸੈਂਟੇਜ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਕੁਝ ਹੋਰ ਵੀ ਅਜਿਹੇ ਟੈਸਟ ਨੇ ਜਿਸ ਤੋਂ ਬਾਅਦ ਤੁਸੀਂ ਇਹ ਜੌਬ ਲੈ ਸਕਦੇ ਹੋ। ਇੰਡੀਆ ਆਜ਼ਾਦ ਕਦੋਂ ਹੋਇਆ ਸੀ ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ 1947 ਨੂੰ, ਪਰ ਕੀ ਤੁਸੀਂ ਜਾਣਦੇ ਹੋ ਇੰਡੀਆ ਦਾ ਕਿਹੜਾ ਸ਼ਹਿਰ ਸਭ ਤੋਂ ਪਹਿਲਾਂ ਆਜ਼ਾਦ ਹੋਇਆ ਸੀ? ਤਾਂ ਉਹ ਸ਼ਹਿਰ ਸੀ ਬਲੀਆ, UP ਦੇ ਵਿੱਚ। ਇਹ ਇੰਡੀਆ ਦੇ ਆਜ਼ਾਦ ਹੋਣ ਤੋਂ 5 ਸਾਲ ਪਹਿਲਾਂ ਯਾਨੀ ਕਿ 1942 ਦੇ ਵਿੱਚ ਹੀ ਆਜ਼ਾਦ ਹੋ ਗਿਆ ਸੀ ਤੇ ਉਸ ਤੋਂ 5 ਸਾਲ ਬਾਅਦ ਪੂਰਾ ਇੰਡੀਆ ਆਜ਼ਾਦ ਹੋਇਆ ਸੀ 1947 ਵਿੱਚ।
साल 2001 ਦੇ ਵਿੱਚ ਕੇਰਲਾ ਦੇ ਵਿੱਚ ਇੱਕ ਅਜਿਹੀ ਬਾਰਿਸ਼ ਹੋਈ ਜਿਸ ਨੂੰ ਦੇਖ ਕੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ। ਇਹ ਦਿਨ ਸੀ 25 ਜੁਲਾਈ ਦਾ। ਇਸ ਦਿਨ ਜਦੋਂ ਉੱਥੋਂ ਦੇ ਲੋਕ ਸਵੇਰੇ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਉੱਥੋਂ ਦੀਆਂ ਗਲੀਆਂ ਨਾਲੀਆਂ ਲਾਲ ਰੰਗ ਦੇ ਪਾਣੀ ਦੇ ਨਾਲ ਭਰੀਆਂ ਪਈਆਂ ਨੇ ਤੇ ਉਸ ਦਿਨ ਹੋਈ ਇਸ ਲਾਲ ਰੰਗ ਦੀ ਬਾਰਿਸ਼ ਦਾ ਅੱਜ ਤੱਕ ਵੀ ਕੋਈ ਕਾਰਨ ਨਹੀਂ ਜਾਣਦਾ। ਕਈ ਲੋਕਾਂ ਦੀ ਇਸ ਦੇ ਬਾਰੇ ਅਲੱਗ-ਅਲੱਗ ਥਿਊਰੀ ਹੈ ਪਰ ਅੱਜ ਤੱਕ 22 ਸਾਲ ਬੀਤ ਜਾਣ ਤੇ ਵੀ ਇਸ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਿਆ। साल 2018 ਦੇ ਵਿੱਚ ਪੂਰੇ ਸਾਊਥ ਅਫਰੀਕਾ ਦੇ ਵਿੱਚ ਬਰਫ਼ ਪੈ ਗਈ ਸੀ ਤੇ ਉਸ ਟਾਈਮ ਇਹ ਜਿਰਾਫ ਤੇ ਹਾਥੀਆਂ ਦੀਆਂ ਬਰਫ਼ ਦੇ ਨਾਲ ਜਿਹੜੀਆਂ ਫੋਟੋਆਂ ਕਲਿੱਕ ਕੀਤੀਆਂ ਗਈਆਂ ਇਹ ਦੁਨੀਆ ਦੀਆਂ ਸਭ ਤੋਂ ਦੁਰਲੱਭ ਫੋਟੋਆਂ ਨੇ ਕਿਉਂਕਿ ਅੱਜ ਤੱਕ ਜਿਰਾਫ ਤੇ ਹਾਥੀਆਂ ਨੂੰ ਕਦੇ ਵੀ ਬਰਫ਼ ਦੇ ਵਿੱਚ ਨਹੀਂ ਦੇਖਿਆ ਗਿਆ ਸੀ ਤੇ ਇਹਨਾਂ ਜਾਨਵਰਾਂ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਬਰਫ਼ ਦੇਖੀ ਸੀ ਜਾਂ ਕਹੀਏ ਜਦੋਂ ਤੇ ਦੋਨੇ ਨਸਲਾਂ ਧਰਤੀ ਦੇ ਉੱਪਰ ਆਈਆਂ ਸੀ ਤਾਂ ਇਸ ਪੀੜ੍ਹੀ ਨੇ ਹੀ ਪਹਿਲੀ ਵਾਰ ਬਰਫ਼ ਦੇਖੀ ਸੀ। हाल ही ਦੇ ਵਿੱਚ ਚਾਈਨਾ ਦੇ ਵਿੱਚ ਦੁਨੀਆ ਦੀ ਸਭ ਤੋਂ ਪਹਿਲੀ ਟ੍ਰੈਕਲੈਸ ਟ੍ਰੇਨ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਯਾਨੀ ਕਿ ਇਹ ਟ੍ਰੇਨ ਬਿਨਾਂ ਕਿਸੇ ਪਟੜੀ ਤੋਂ ਚੱਲਦੀ ਹੈ ਤੇ ਇਸ ਦੀ ਰੋਡ ਦੇ ਉੱਪਰ ਟੈਸਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਹ ਟ੍ਰੇਨ ਪਟੜੀ ਦੀ ਜਗ੍ਹਾ ਤੇ ਸੜਕ ਦੇ ਉੱਪਰ ਬਣੀ ਚਿੱਟੇ ਰੰਗ ਦੀ ਪੱਟੀ ਦੇ ਉੱਪਰ ਚੱਲੇਗੀ। ਜਿੰਨਾ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਜਾਣ ਤੇ ਪਟੜੀਆਂ ਦੇ ਉੱਪਰ ਖਰਚਾ ਆਉਂਦਾ ਹੈ ਉਨੇ ਖਰਚੇ ਦੇ ਵਿੱਚ ਚਾਈਨਾ ਵਾਲੇ ਇਸ ਤਰ੍ਹਾਂ ਦੀਆਂ 9 ਟ੍ਰੇਨਾਂ ਚਲਾ ਦੇਣਗੇ ਤੇ ਇਸ ਰੇਲ ਦਾ ਨੈਟਵਰਕ 2025 ਤੱਕ ਪੂਰੇ ਚਾਈਨਾ ਦੇ ਵਿੱਚ ਫੈਲ ਜਾਵੇਗਾ। पोर्ट होल जां कई सड़कां दे उपर जिहड़े इंडिया दे विच टोए हुंदे ने उस दी वजह दे नाल पता ही नहीं किन्ने लोकां दा हर साल जानी अते माली नुकसान हुंदा है। इस ते नैशनल हाईवे अथॉरिटी ऑफ इंडिया ने कहा है जेकर कोई कॉन्ट्रैक्टर जां कई ठेकेदार सड़क वधिया नहीं बणाउंदा जां फिर रोड दे उपर वधिया कंपनी दा समान नहीं वरतदा ते उस दे रोड बणाउण तों कुछ समय बाद ही सड़क दे उपर टोए बण जांदे ने उस कंपनी नूं 10 करोड़ दा जुर्माना लगेगा ते भविख दे विच उस नूं रोड दे रिलेटेड कोई भी ठेका नहीं मिलेगा। साल 2016 ਦੇ ਵਿੱਚ ਇੱਕ ਸੁਸਾਈਡ ਬੰਬਰ ਆਪਣੇ ਲੈਪਟਾਪ ਦੇ ਵਿੱਚ ਬੰਬ ਲਗਾ ਕੇ ਜਹਾਜ਼ ਦੇ ਵਿੱਚ ਚੜ ਗਿਆ। ਉਸ ਦਾ ਇਰਾਦਾ ਸੀ ਜਹਾਜ਼ ਦੀ ਉਡਾਨ ਭਰਨ ਤੋਂ 20 ਮਿੰਟ ਬਾਅਦ ਜਹਾਜ਼ ਨੂੰ ਉਡਾ ਦੇਣ ਦਾ। ਉਸ ਨੇ ਅਜਿਹਾ ਕੀਤਾ ਵੀ ਜਹਾਜ਼ ਦੀ ਉਡਾਨ ਭਰਨ ਤੋਂ 20 ਮਿੰਟ ਬਾਅਦ ਉਸ ਨੇ ਬੰਬ ਨੂੰ ਐਕਟਿਵ ਕਰ ਦਿੱਤਾ ਤੇ ਉਹ ਫਟ ਗਿਆ ਜਿਸ ਦੇ ਕਾਰਨ ਜਹਾਜ਼ ਦੇ ਵਿੱਚ ਕਾਫੀ ਵੱਡਾ ਸਰਾਖ ਹੋ ਗਿਆ ਤੇ ਉਸ ਦੀ ਮਾੜੀ ਕਿਸਮਤ ਉਹ ਇਕੱਲਾ ਹਮਲਾਵਰੀ ਅਜਿਹਾ ਸੀ ਜਿਹੜਾ ਜਹਾਜ਼ ਦੇ ਵਿੱਚ ਬੰਬ ਫਟਣ ਦੇ ਨਾਲ ਬਾਹਰ ਉੱਡ ਗਿਆ ਤੇ ਮਰ ਗਿਆ। ਉਸ ਨੂੰ ਛੱਡ ਕੇ ਪੂਰੇ ਜਹਾਜ਼ ਦੇ ਵਿੱਚ ਹੋਰ ਕਿਸੇ ਨੂੰ ਵੀ ਇੱਕ ਝਰੀਟ ਤੱਕ ਨਹੀਂ ਆਈ। ਬਾਅਦ ਦੇ ਵਿੱਚ ਜਹਾਜ਼ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਹੋ ਗਈ। ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਉਸ ਦੇ ਬਾਰੇ ਕੁਝ ਰੌਚਕ ਤਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।